ਸ੍ਰੀ ਅਨੰਦਪੁਰ ਸਾਹਿਬ 'ਚ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿੱਥੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਦੇ ਤੌਰ 'ਤੇ ਵਧੀਆ ਕਾਰਗੁਜ਼ਾਰੀ ਦੇ ਲਈ ਮਿਲੇ ਅਵਾਰਡ ਲਈ ਵੱਖ ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਉਹਨਾਂ ਨਾਲ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਵੀ ਮੌਜੂਦ ਰਹੇ। ਸਭ ਤੋਂ ਪਹਿਲਾਂ ਮੈਂ ਚੰਦੂਮਾਜਰਾ ਸਾਹਿਬ ਨੂੰ ਮੁਬਾਰਕਬਾਦ ਪੇਸ਼ ਕਰਦਾ ਕਿ ਉਹਨਾਂ ਨੂੰ ਦੇਸ਼ ਦੀ ਇੱਕ ਅਹਿਮ ਸੰਸਥਾ ਵੱਲੋਂ ਸ੍ਰੇਸ਼ਟ ਸੰਸਦ ਮੈਂਬਰ ਦਾ ਅਵਾਰਡ ਜਿਹੜਾ ਮਿਲਿਆ। ਔਰ ਮੈਂ ਸਮਝਦਾ ਕਿ ਇਹ ਸਾਰੇ ਹਲਕੇ ਦੇ ਦੋਵਾਂ ਪਾਰਟੀਆਂ ਦੇ ਆਗੂਆਂ ਵਾਸਤੇ, ਵਰਕਰਾਂ ਵਾਸਤੇ, ਲੋਕਾਂ ਵਾਸਤੇ ਬਹੁਤ ਵੱਡਾ ਸਨਮਾਨ। ਅਵਾਰਡ ਮੈਨੂੰ ਮਿਲਿਆ ਫੇਮ ਇੰਡੀਆ ਵੱਲੋਂ, ਜਿਹੜਾ ਸਰਵੇ ਕਰਾਇਆ ਗਿਆ ਇੰਡੀਆ ਪੋਸਟ ਦੇ ਨਾਲ ਰਲ ਕੇ 25 ਸੰਸਦ ਜਿਹੜੇ ਸਰਵਸ੍ਰੇਸ਼ਟ ਸੰਸਦ ਕੱਢੇ, ਉਹਦੇ 'ਚ ਮੇਰਾ ਨਾਂ ਸੀ। ਉਹਦਾ ਸ਼ੁਕਰਾਨਾ ਕਰਨ ਲਈ ਮੈਂ ਅੱਜ ਸ੍ਰੀ ਕੇਸਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਆਇਆ ਸੀ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਮੋਹਾਲੀ ਤੋਂ ਲੈ ਕੇ ਮੋਹਾਲੀ, ਖਰੜ, ਰੋਪੜ ਅਤੇ ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਤੱਕ ਰਸਤੇ ਦੇ ਵਿੱਚ ਵੀ ਹਲਕੇ ਦੇ ਲੋਕਾਂ ਨੇ ਸਵਾਗਤ ਕੀਤਾ ਅਤੇ ਉੱਧਰੋਂ ਬੰਗਾ, ਨਵਾਂਸ਼ਹਿਰ, ਗੜ੍ਹਸ਼ੰਕਰ, ਬਲਾਚੌਰ ਸਾਰੇ ਏਰੀਏ ਦੇ ਜਿਹੜੇ ਸਾਡੇ ਚੋਟੀ ਦੇ ਆਗੂ ਨੇ, ਖਾਸ ਤੌਰ 'ਤੇ ਸਾਡੇ ਹਲਕਾ ਇੰਚਾਰਜ ਮੈਂਬਰ SGPC ਅਕਾਲੀ ਦਲ ਅਤੇ BJP ਦੀ ਅਗਲੀ ਕਤਾਰ ਦੀ ਸਾਰੀ ਲੀਡਰਸ਼ਿਪ ਨੇ ਹਾਜ਼ਰ ਹੋ ਕੇ ਇਸ ਸ਼ੁਕਰਾਨਾ ਸਮਾਰੋਹ ਦੇ ਵਿੱਚ ਹਾਜ਼ਰੀ ਭਰ ਕੇ ਇਹ ਗੱਲ ਜੋ ਮੈਂ ਕਹੀ ਕਿ ਇਹ ਜਿਹੜਾ ਅਵਾਰਡ ਮਿਲਿਆ ਮੈਨੂੰ ਨਹੀਂ ਮਿਲਿਆ, ਇਹ ਅਵਾਰਡ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ।